ਬਿਮਾਰੀ ਕੋਈ, ਡਾਕਟਰ ਨੇ ਦੱਸੀ ਕੋਈ, ਘਬਰਾਹਟ ਨਾਲ ਮਰੀਜ਼ ਹੋ ਗਿਆ ਬਿਮਾਰ। ਦਰਅਸਲ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਸਰਕਾਰੀ ਡਾਕਟਰ ਦੇ ਵੱਲੋਂ ਇੱਕ ਮਰੀਜ਼ ਨੂੰ ਗਲਤ ਰਿਪੋਰਟ ਦਿੱਤੀ ਗਈ। ਜੀ ਹਾਂ, ਮਰੀਜ਼ ਬਿਮਾਰ ਸੀ, ਡਾਕਟਰ ਦੇ ਕੋਲ ਜਾਂਦਾ ਹੈ, ਡਾਕਟਰ ਕਹਿੰਦਾ ਹੈ ਕਿ ਤੇਰੀਆਂ 70% ਕਿਡਨੀਆਂ ਡੈਮੇਜ ਨੇ। ਇਸ ਤਰੀਕੇ ਦੇ ਇਲਜ਼ਾਮ ਮਰੀਜ਼ ਦੇ ਵੱਲੋਂ ਡਾਕਟਰ 'ਤੇ ਲਗਾਏ ਜਾ ਰਹੇ ਨੇ ਕਿ ਡਾਕਟਰ ਦੇ ਵੱਲੋਂ ਇਹ ਕਿਹਾ ਗਿਆ ਕਿ ਤੇਰੇ 70% ਕਿਡਨੀਆਂ ਡੈਮੇਜ ਨੇ, ਤੂੰ ਇਲਾਜ ਕਰਵਾ। ਜਦ ਮਰੀਜ਼ ਦੇ ਵੱਲੋਂ ਬਾਹਰੋਂ ਪ੍ਰਾਈਵੇਟ ਟੈਸਟ ਕਰਾਇਆ ਗਿਆ ਤਾਂ ਟੈਸਟ ਦੇ ਵਿੱਚ ਇਹ ਆਇਆ ਸਾਹਮਣੇ ਕਿ ਕਿਡਨੀਆਂ ਨੂੰ ਕੁਝ ਨਹੀਂ ਹੋਇਆ, ਉਸ ਨੂੰ ਪੀ ਲਿਆ ਹੋਇਆ ਹੈ। ਤਾਂ ਕੀ ਇਸੇ ਕਰਕੇ ਸਰਕਾਰੀ ਹਸਪਤਾਲ ਜਾਣ ਤੋਂ ਡਰਦੇ ਨੇ ਲੋਕ? ਕਮੈਂਟ ਕਰਕੇ ਜਵਾਬ ਜ਼ਰੂਰ ਦਿਓ। ਬਾਕੀ ਆਓ ਮੁੰਡੇ ਦੇ ਕੋਲੋਂ ਜਾਣਦੇ ਹਾਂ ਕਿ ਆਖਰਕਾਰ ਮਾਮਲਾ ਕੀ ਸੀ, ਅਤੇ ਤੁਹਾਨੂੰ ਦੱਸ ਦਈਏ ਕਿ ਸੰਗਰੂਰ ਦਾ ਇਹ ਸਰਕਾਰੀ ਹਸਪਤਾਲ ਦੱਸਿਆ ਜਾ ਰਿਹਾ ਹੈ ਜਿੱਥੇ ਰੱਬ ਆਸਰੇ ਹੀ ਡਾਕਟਰ ਲੋਕਾਂ ਨੂੰ ਗਲਤ ਬਿਮਾਰੀਆਂ ਦੱਸੀ ਜਾ ਰਹੇ ਨੇ। ਤੁਹਾਡਾ ਕੀ ਕਹਿਣਾ ਹੈ, ਕਿ ਤੁਹਾਡੇ ਨਾਲ ਵੀ ਕਦੇ ਇੱਦਾਂ ਦਾ ਹੋਇਆ? ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਮੈਂ ਸੰਗਰੂਰ ਸਰਕਾਰੀ ਹਸਪਤਾਲ 'ਚ ਆਇਆ ਸੀਗਾ 8 ਤਰੀਕ ਨੂੰ, ਅਤੇ ਡਾਕਟਰ ਸਾਹਿਬ ਕਹਿੰਦੇ ਕਿ ਤੁਹਾਨੂੰ ਐਡਮਿਟ ਕਰਾਂਗੇ, ਮੈਨੂੰ ਪੀਲੀਏ ਦੀ ਸ਼ਿਕਾਇਤ ਸੀ। ਅਤੇ 9 ਤਰੀਕ ਨੂੰ ਡਾਕਟਰ ਸਾਹਿਬ ਟੈਸਟ ਲੈ ਗਏ ਸੀ ਜੀ, ਮੇਰੇ ਡਾਕਟਰ ਹਿਮਾਂਸ਼ੂ ਜੀ ਸੀ। ਅਤੇ 9 ਤਰੀਕ ਨੂੰ ਮੈਂ ਸੈਂਪਲ ਦਿੱਤਾ, 10 ਤਰੀਕ ਨੂੰ ਮੇਰੇ ਟੈਸਟ ਆਏ ਜੀ। ਟੈਸਟ ਦੇ ਵਿੱਚ ਦਿਖਾਇਆ ਗਿਆ ਕਿ ਪੀਲੀਆ ਇੱਦਾਂ ਦਿਖਾਇਆ ਗਿਆ ਵੀ ਇਹਨੂੰ ਕਦੇ ਪੀਲੀਏ ਨਹੀਂ ਹੋਇਆ ਜੀ, ਨੋਰਮਲੀ ਦਿਖਾਇਆ ਗਿਆ ਜਾਣੀ ਕਿ ਉਹਦੇ 'ਚ। ਅਤੇ ਉਹਦੇ 'ਚ ਮੈਨੂੰ ਗੁਰਦਿਆਂ ਦੀ ਪ੍ਰੋਬਲਮ ਦਿਖਾਈ ਗਈ ਜੀ। ਮੈਂ ਉਹੀ ਰਿਪੋਰਟ ਆਪਣੇ ਮਿੱਤਰ ਨੂੰ ਦਿਖਾਈ ਜੀ, ਪਿੰਡੋ ਲੈਬੋਰਟਰੀ ਦਾ ਕੰਮ ਕਰਦਾ ਜੀ। ਉਹ ਕਹਿੰਦਾ ਹਰਦੀਪ ਇਹ ਤੇਰੀ ਰਿਪੋਰਟ ਗਲਤ ਹੈ। ਮੈਂ ਕਿਹਾ ਕਿਵੇਂ? ਕਹਿੰਦਾ ਵੀ ਤੈਨੂੰ ਪੀਲੀਏ ਦੀ ਸ਼ਿਕਾਇਤ ਆ, ਪੀਲੀਆ ਦੇ 'ਚ ਜਮ੍ਹਾਂ ਨੋਰਮਲ ਦਿਖਾਇਆ ਗਿਆ। ਕਹਿੰਦਾ ਗੁਰਦੇ ਆ ਜਿਹੜੇ ਤੇਰੇ ਉਹ 70% ਖਰਾਬ ਦਿਖਾਏ ਗਏ। ਉਹ ਕਹਿੰਦਾ ਵੀ ਤੂੰ ਇਹੀ ਰਿਪੋਰਟ ਤੂੰ ਬਾਹਰੋਂ ਕਰਵਾ ਕੇ ਕਿਸੇ ਤੋਂ ਨਹੀਂ। ਪਹਿਲਾਂ ਮੈਂ ਕ੍ਰਿਸ਼ਨਾ ਤੋਂ ਕਰਾਈ ਜਿਹੜੀ ਗਲਤ, ਉਹ ਸਰਕਾਰੀ ਹੋਸਪਿਟਲ ਦੇ ਵਿੱਚ ਹੀ ਜਿਹੜੀ ਲੈਬੋਰਟਰੀ ਉਹਦੇ 'ਚੋਂ ਕਰਾਈ ਜੀ, ਕ੍ਰਿਸ਼ਨਾ ਲੈਬ ਤੋਂ ਕਰਾਈ ਜੀ। ਉਹਦੇ 'ਚ ਪੀਲੀਆ ਮੈਨੂੰ ਪਹਿਲਾਂ 19% 19 mg ਸੀਗਾ, ਉਸ ਤੋਂ ਬਾਅਦ ਘੱਟ ਕੇ 12.70 'ਤੇ ਆ ਗਿਆ ਸੀ। ਉਹ ਸਹੀ ਸੀ ਰਿਪੋਰਟ ਜੀ। ਉਹ ਤਾਂ ਉਹ ਗੁਰਦਿਆਂ ਦੀ ਤਾਂ ਮੈਨੂੰ ਕੋਈ ਪ੍ਰੋਬਲਮ ਹੀ ਨਹੀਂ ਸੀ ਜੀ, ਉਹਦੇ 'ਚ ਬਿਲਕੁਲ ਨੋਰਮਲ ਆਇਆ ਜੀ। ਅਤੇ ਜਿਹੜੀ ਉਹ ਸਰਕਾਰੀ ਵਾਲੇ ਨੇ ਰਿਪੋਰਟ ਦਿੱਤੀ ਸੀ, ਉਹੀ ਮੈਂ ਜਿਹੜੀ ਮੈਨੂੰ ਦੇਖਭਾਲ ਕਰ ਰਿਹਾ ਮੈਂ ਉਹਨਾਂ ਨੂੰ ਜਮ੍ਹਾਂ ਕਰਾਤੀ ਜੀ। ਉਹ ਤਾਂ ਚਲੋ ਮੈਂ ਗੌਰ ਕਰ ਲਈ ਜੀ, ਜੇ ਨਾ ਗੌਰ ਕਰਦਾ ਉਹ ਗੁਰਦਿਆਂ ਦੇ ਹਿਸਾਬ ਨਾਲ ਮੇਰੇ ਕੋਈ ਇੰਜੈਕਸ਼ਨ ਟੀਕਾ ਮੇਰੇ ਕੋਈ ਇੱਦਾਂ ਦੀ ਦਵਾਈ ਲਾਵੇ ਤਾਂ ਮੇਰਾ ਨੁਕਸਾਨ ਵੀ ਹੋ ਸਕਦਾ ਸੀ। ਹਾਂ, ਮੈਨੂੰ ਟੈਨਸ਼ਨ ਵੀ ਹੋ ਗਈ ਸੀ, ਮੈਂ ਕਿਹਾ ਹੁਣ ਇਹ ਨਵੀਂ ਚੀਜ਼ ਨਿਕਲ ਕੇ ਆ ਗਈ ਸੀ। ਅਤੇ ਫਿਰ ਅਸੀਂ 104 'ਤੇ ਕੰਪਲੇਂਟ ਵੀ ਕੀਤੀ। ਉਹ ਕਹਿੰਦੇ ਵੀ ਤੁਸੀਂ ਇੱਕ ਵਾਰ ਡਾਕਟਰ ਸਾਹਿਬ ਨੂੰ ਇਸ ਚੀਜ਼ ਦੀ ਸ਼ਿਕਾਇਤ ਕਰੋ, ਜੇ ਉਹ ਨਹੀਂ ਸੁਣਦੇ ਤਾਂ ਸਾਨੂੰ ਦੁਬਾਰਾ ਕਾਲ ਕਰੋ। ਦੁਬਾਰਾ ਹਜੇ ਕਾਲ ਨਹੀਂ ਹੋਈ ਜੀ, ਡਾਕਟਰ ਸਾਹਿਬ ਨਾਲ ਗੱਲ ਹੋ ਗਈ ਸੀ, ਉਹਨਾਂ ਨੇ ਹਾਂ ਨਾ ਉਹਨਾਂ ਨੇ ਕੁਛ ਨਹੀਂ ਦੱਸਿਆ। ਡਾਕਟਰ ਰਾਹੁਲ ਜੀ ਆਏ ਸੀ ਸਵੇਰੇ। ਮੈਂ ਤਾਂ ਮੰਗ ਇਹੀ ਕਰਦਾ ਕਿ ਜਿਨ੍ਹਾਂ ਨੇ ਗਲਤ ਰਿਪੋਰਟ ਦਿੱਤੀ ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ, ਮੇਰਾ ਨੁਕਸਾਨ ਹੋ ਸਕਦਾ ਸੀ। ਹਾਂ, ਇਸ ਸੰਬੰਧੀ ਮੈਨੂੰ ਅੱਜ ਮੀਡੀਆ ਖ਼ਬਰਾਂ ਤੋਂ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਤੋਂ ਮੈਸੇਜ ਪ੍ਰਾਪਤ ਹੋਇਆ ਸੀਗਾ ਵੀ ਜਿਹੜੀ ਇੱਕ ਰਿਪੋਰਟ ਹੈਗੀ ਉਹਦੇ ਵਿੱਚ ਜਿਹੜਾ ਮਰੀਜ਼ ਸੈਟਿਸਫਾਈ ਨਹੀਂ ਗਈ, ਉਹਨੂੰ ਡਾਊਟ ਹੈ ਕਿ ਮੇਰੀ ਰਿਪੋਰਟ ਹੈਗੀ ਉਹ ਗਲਤ ਦਿੱਤੀ ਗਈ ਹੈ। ਇਹ ਸਾਰੇ ਨੂੰ ਧਿਆਨ 'ਚ ਰੱਖਦੇ ਹੋਏ ਰਿਟਰਨ ਦੇ ਵਿੱਚ ਇੱਕ ਇਨਕੁਆਇਰੀ ਮਾਰ ਕਰ ਦਿੱਤੀ ਹੈਗੀ, ਜਿਹਦੀ ਰਿਪੋਰਟ ਹੈ ਸਾਡੇ ਕੋਲ ਕੱਲ੍ਹ ਆ ਜਾਏਗੀ। ਜੋ ਵੀ ਬੰਦਾ ਦੋਸ਼ੀ ਪਾਇਆ ਜਾਊਗਾ ਉਹਦੇ ਬਣਦੀ ਕਾਰਵਾਈ ਜਿਹੜੀ ਉਹ ਅਮਲ ਦੇ ਵਿੱਚ ਲਿਆਂਦੀ ਜਾਏਗੀ।
ਇਸ ਸੰਬੰਧ ਵਿੱਚ ਤੱਥਾਂ ਨੂੰ ਪਛਾਣਨ ਵਾਸਤੇ ਜਾਣਨ ਵਾਸਤੇ ਇਨਕੁਆਇਰੀ ਮਾਰ ਕੀਤੀ ਹੈ ਕਿ ਜੋ ਵੀ ਰਿਪੋਰਟ ਹੋਊਗੀ ਉਹ ਆਪ ਜੀ ਨੂੰ ਜਿਹੜੇ ਕੱਲ੍ਹ ਨੂੰ ਉਹ ਦੇ ਦਿੱਤੀ ਜਾਵੇ।